ਦੋਸਤੋ ਅਸੀਂ ਗਏ ਸੀ ਸ਼ਹਿਰ ਮਾਨਸਾ ਅਤੇ ਲੰਘਦੇ ਹੋਏ ਅਸੀਂ ਜਦੋਂ ਤਲਵੰਡੀ ਨੂੰ ਜਾ ਰਹੇ ਸਾਂ ਅਤੇ ਰਸਤੇ ਦੇ ਵਿੱਚ ਆਉਂਦਾ ਸਿੱਧੂ ਮੂਸੇ ਵਾਲੇ ਦਾ ਪਿੰਡ ਮੂਸਾ ਅਤੇ ਨਵਜੋਤ ਕਹਿੰਦਾ ਵੀ ਆਪਾਂ ਉਹ ਪਿੰਡ ਦੇਖ ਚਲੀਏ ਜਿੱਥੇ ਸਮਾਧ ਉਹਦੀ ਬਣੀ ਹੋਈ ਜਿੱਥੇ ਸੰਸਕਾਰ ਕੀਤਾ ਸੀਗਾ ਅਤੇ ਜਾਂਦੇ ਹੋਏ ਅਸੀਂ ਰੁਕ ਗਏ 10 ਮਿੰਟ ਅਤੇ ਉੱਥੇ ਆ ਤੁਸੀਂ ਦੇਖੋ ਇੱਧਰ ਬਾਹਰ ਜਿਹੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਸਮਾਨ ਜਿਹੜਾ ਵੀ ਵੇਚਣ ਵਾਸਤੇ ਉਹਦੀਆਂ ਫੋਟੋਆਂ ਟੀ ਸ਼ਰਟਾਂ ਅਤੇ ਹੋਰ ਸਮਾਨ ਉੱਥੇ ਵਿਕਦਾ ਅਤੇ ਸਾਡੇ ਨਾਲ ਸੀਗੇ ਪਰਿਵਾਰ ਦੇ ਕੁਝ ਕੁ ਹੋਰ ਜੀ ਅਤੇ ਹੋਰ ਵੀ ਬਹੁਤ ਸਾਰੇ ਲੋਕ ਉੱਥੇ ਜਿਹੜੇ ਘੁੰਮਣ ਵਾਸਤੇ ਆਉਂਦੇ ਜਿਵੇਂ ਛੋਟਾ ਜਿਹਾ ਉੱਥੇ ਫੋਟੋਆਂ ਬਣ ਖਿੱਚਦਾ ਕੋਈ ਵੀਡੀਓ ਬਣਾਉਂਦਾ ਜਗ੍ਹਾ ਨੂੰ ਦੇਖਣ ਵਾਸਤੇ ਆਉਂਦੇ ਆ ਅਤੇ ਇੱਥੇ ਸਮਾਨ ਵੇਚਣ ਵਾਸਤੇ ਵੀ ਆ ਦੇਖੋ ਬਹੁਤ ਬੈਠੇ ਹੋਏ ਨੇ ਅਤੇ ਅਸੀਂ ਕੁਝ ਨਹੀਂ ਖਰੀਦਿਆ ਇੱਕ ਵਾਰ ਅਸੀਂ ਪਹਿਲਾਂ ਸਮਾਧ ਦੇ ਕੋਲ ਉਹਦੇ ਜਾ ਕੇ ਅਤੇ ਨੇੜੇ ਹੋ ਕੇ ਵੇਖੀਏ ਕਦੇ ਗਏ ਨਹੀਂ ਸੀਗੇ ਸਿੱਖ ਦੇਖ ਕੇ ਆਈਏ ਇੱਕ ਵਾਰੀ ਅਤੇ ਜਾਂਦੇ ਜਾਂਦੇ ਅਸੀਂ ਪਹੁੰਚ ਗਏ ਦੇਖੋ ਹੋਰ ਵੀ ਜਿਹੜੇ ਉੱਥੇ ਜਿਹੜੇ ਲੰਘਦੇ ਟੱਪਦੇ ਮੁਸਾਫਰ ਆਉਂਦੇ ਆ ਦੇਖਣ ਵਾਸਤੇ ਉਹਨੂੰ ਜਗ੍ਹਾ ਨੂੰ ਅਤੇ ਆ ਲਓ ਜੀ ਆਪਾਂ ਪਹੁੰਚ ਗਏ ਹਾਂ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਉਹਦੀ ਵੀਡੀਓ ਪੂਰੀ ਲਓ ਜੀ ਆਹ ਖੜਾ ਬਾਈ ਸਿੱਧੂ ਮੂਸੇ ਵਾਲਾ ਆਹ ਉਹਦੀ ਜਿਹੜੀ ਛੋਟੀ ਜਿਹੀ ਇੱਕ ਮੂਰਤੀ ਜੀ ਬਣਾ ਕੇ ਰੱਖੀ ਹੋਈ ਆ ਕੁਝ ਕੁ ਗਮਲੇ ਫੁੱਲ ਰੱਖੇ ਹੋਏ ਆ ਉੱਥੇ ਅਤੇ ਪਿੱਛੇ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਤਸਵੀਰਾਂ ਲੱਗੀਆਂ ਅਤੇ ਨਵਜੋਤ ਨੇ ਕਿਹਾ ਵੀ ਮੈਂ ਫੋਟੋ ਖਿੱਚਣੀ ਹੈ ਅਤੇ ਥਾਪੀ ਮਾਰਨੀ ਮੁੰਡੇ ਨੇ ਕਹਿੰਦਾ ਮੈਂ ਥਾਪੀ ਮਾਰ ਕੇ ਫੋਟੋ ਖਿਚਾਉਣੀ ਆ ਵੀਡੀਓ ਵੀ ਬਣਾਉਣੀ ਆ ਲਓ ਜੀ ਉਹ ਚੱਕ ਮਾਰਦੀ ਕਹਿੰਦਾ ਭਾਵੇਂ ਘੱਟ ਨਹੀਂ ਕਿਸੇ ਤੋਂ ਲੈ ਬੜੀ ਦਲੇਰੀ ਕੱਢੀ ਹੈ ਨੌਜਵਾਨ ਨੇ ਬੱਚੇ ਨੇ ਅਤੇ ਉਹ ਦੇਖੋ ਹੁਣ ਤੁਸੀਂ ਜਿਹੜੀਆਂ ਪਿੱਛੇ ਨਾ ਆਪਣੇ ਦਿਖਾਉਂਦੇ ਹਾਂ ਪਿੱਛੇ ਜਿਹੜੀਆਂ ਉਹਦੇ ਤਸਵੀਰਾਂ ਫੋਟੋਆਂ ਬਣੀਆਂ ਸ਼ੈੱਡ ਬਣਿਆ ਹੋਇਆ ਅਤੇ ਪਿੱਛੇ ਦੀਆਂ ਦਿਖਾਉਂਦਾ ਇੱਕ ਮਿੰਟ ਆ ਗਿਆ ਜੀ ਉਹ ਪਿੱਛੇ ਦੀਆਂ ਤਸਵੀਰਾਂ ਫੋਟੋਆਂ ਬਣਾ ਕੇ ਰੱਖੀਆਂ ਹੋਈਆਂ ਨੇ ਅੱਗੇ ਆ ਥਾਰ ਗੱਡੀ ਆ 69 ਟਰੈਕਟਰ ਇਸ ਤਰ੍ਹਾਂ ਕਰਕੇ ਜਿਵੇਂ ਛੋਟੀ ਛੋਟੀ ਬਣਾਈਆਂ ਹੋਈਆਂ ਚੀਜ਼ਾਂ ਰੱਖੀਆਂ ਹੋਈਆਂ ਨੇ ਅਤੇ ਵਧੀਆ ਜਗ੍ਹਾ ਕੁੱਲ ਮਿਲਾ ਕੇ ਸੋਹਣੀ ਯਾਦਗਾਰ ਬਣੀ ਹੋਈ ਹੈ ਬਾਈ ਜੀ ਅਤੇ ਮਨ ਜਾ ਥੋੜ੍ਹਾ ਜਿਹਾ ਅਤੇ ਆਹ ਦੇਖੋ ਆ ਇੱਥੇ ਬਾਪੂ ਜੀ ਆਪਣੇ ਠੰਡੇ ਜਲ ਦੀ ਜਿਹੜੀ ਕਹਿੰਦਾ ਘੜੇ ਰੱਖੇ ਹੋਏ ਆ ਪਾਣੀ ਵਾਸਤੇ ਤੌੜੇ ਅਤੇ ਪਾਣੀ ਵਰਤਾ ਰਿਹਾ ਸੰਗਤਾਂ ਨੂੰ ਜਿਹੜੇ ਕੋਈ ਜਾਂਦੇ ਆ ਅਤੇ ਗਰਮੀ ਬਹੁਤ ਆ ਪਿਆਸ ਲੱਗਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ।